ਜੀ ਅਸਲਾਮ ਵਾਲੇਕਮ ਗਾਈਜ਼, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਗਾਈਜ਼, ਅਸੀਂ ਆਪਣੇ ਦੋਸਤ ਕੋਲ ਆਏ ਸੀ, ਵਹਾਬ ਸਾਡਾ ਦੋਸਤ ਹੈ, ਠੀਕ ਹੈ, ਅਤੇ ਇਹਦੇ ਕੋਲ ਅਸੀਂ ਆਏ ਸੀ ਮਿਲਣ ਵਾਸਤੇ ਇਹਨੂੰ ਸਿਰਫ, ਠੀਕ ਹੈ, ਅਤੇ ਅੱਗੋਂ ਸਾਡਾ ਪ੍ਰੋਗਰਾਮ ਬਣ ਗਿਆ ਵੱਡੇ ਭਾਈ ਦਰਬਾਰ 'ਤੇ ਜਾਣ ਦਾ, ਠੀਕ ਹੈ ਜੀ, ਅਤੇ ਹੁਣ ਅਸੀਂ ਚੱਲੇ ਹਾਂ ਦਰਬਾਰ 'ਤੇ, ਠੀਕ ਹੈ, ਅਤੇ ਤੁਹਾਨੂੰ ਰਸਤੇ ਦੇ ਵਿੱਚ ਜਾਂਦੇ ਜਾਂਦੇ ਵੀ ਇਹ ਸਟਾਪ ਕਿਹੜਾ, ਇਹ ਸਟਾਪ ਕਿਹੜਾ, ਠੀਕ ਹੈ, ਸਾਰਾ ਤੁਹਾਨੂੰ ਰਸਤਾ ਦੱਸਦੇ ਚੱਲਦੇ ਹਾਂ, ਅਤੇ ਨਾਲੇ ਤੁਹਾਨੂੰ ਵੱਡੇ ਭਾਈ ਦਰਬਾਰ ਦੀ ਸੈਰ ਵੀ ਕਰਾਉਂਦੇ ਹਾਂ ਅਤੇ ਸਲਾਮ ਵੀ ਕਰਾਵਾਂਗੇ ਤੁਹਾਨੂੰ, ਠੀਕ ਹੈ ਜੀ, ਠੀਕ ਹੈ ਜੀ, ਅਤੇ ਹੁਣ ਅਸੀਂ ਚੱਲੇ ਹਾਂ, ਅਸੀਂ ਲੱਗੇ ਹਾਂ ਮੋਟਰਸਾਈਕਲ 'ਤੇ ਬਹਿਣ, ਇਹ ਵੇਖੋ ਇਹ ਮੋਟਰਸਾਈਕਲ ਸਾਡੀ ਤਿਆਰ ਹੈ, ਠੀਕ ਹੈ, ਇਹ ਮੁੰਡਾ ਸ਼ਗਿਰਦ ਹੈ, ਠੀਕ ਹੈ, ਇਹ ਹੁਣ ਚੱਲੇ, ਚਲੋ ਵੀ ਮਾਰੋ ਕਿੱਕ ਚੱਲੀਏ ਜੀ, ਚਲੋ ਜੀ, ਚਲੋ ਜੀ, ਹੁਣ ਵੀਡੀਓ ਸ਼ੁਰੂ ਕਰੀਏ। ਲਓ ਜੀ ਭਾਈ ਜੀ, ਇਹ ਵੇਖੋ, ਇਹ ਅਸੀਂ ਸ਼ਾਹਪੁਰੋਂ ਨਿਕਲ ਆਏ ਹੁਣ, ਠੀਕ ਹੈ, ਇਹ ਸ਼ਾਹਪੁਰ ਦਾ ਸਕੂਲ ਹੈਗਾ, ਅਤੇ ਇਹ ਆ ਗਏ ਹਾਂ ਅਸੀਂ ਇੱਧਰ ਨੂੰ, ਠੀਕ ਹੈ, ਛੰਨੀ ਵੱਲ ਨੂੰ। ਲਓ ਜੀ ਭਾਈ ਜੀ, ਇਹ ਛੰਨਾ ਵਾਲਾ ਰੋਡ ਹੈਗਾ, ਇਹ ਬਹੁਤ ਰੋਡ ਖਰਾਬ ਹੈਗਾ ਅਤੇ ਗਰਮੀ ਵੀ ਬਹੁਤ ਜ਼ਿਆਦਾ, ਅਤੇ ਸਿਰਫ ਅਸੀਂ ਤੁਹਾਡੇ ਵਾਸਤੇ ਬਣਾ ਰਹੇ ਹਾਂ ਵੀਡੀਓ ਇੰਨੀ ਗਰਮੀ ਦੇ ਵਿੱਚ, ਵੀ ਚਲੋ ਸਾਡੇ ਦੋਸਤਾਂ ਨੇ ਜਿਨ੍ਹਾਂ ਨੇ ਨਹੀਂ ਕੋ ਵੱਡੇ ਭਾਈ ਦਰਬਾਰ ਦੀ ਸਲਾਮ ਕੀਤੀ ਅਤੇ ਜਿਨ੍ਹਾਂ ਨੇ ਨਹੀਂ ਕੋ ਦੀਦਾਰ ਕੀਤਾ, ਅਤੇ ਉਹਨਾਂ ਨੂੰ ਅਸੀਂ ਦੀਦਾਰ ਕਰਾ ਦਈਏ ਇਹਨਾਂ ਦਾ, ਠੀਕ ਹੈ, ਕਿਉਂਕਿ ਇਹਦੋਂ ਬਾਅਦ ਤੀਸਰੇ ਦਿਨ ਵੱਡੇ ਭਾਈ ਦਰਬਾਰ ਦਾ ਮੇਲਾ ਵੀ ਹੈਗਾ, ਮੇਲੇ ਦੀ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਅਸੀਂ, ਠੀਕ ਹੈ, ਦੇਖਣਾ ਵੀ ਰਸ਼ ਕਿੰਨਾ ਕੁ ਹੁੰਦਾ ਵੱਡੇ ਭਾਈ ਦਰਬਾਰ 'ਤੇ। ਲਓ ਜੀ ਭਾਈ ਜਾਨ, ਇਹ ਵੇਖੋ, ਇਹ ਆ ਗਈਆਂ ਨੇ ਛੰਨਾ, ਇਹ ਆ ਗਏ ਅਸੀਂ ਛੰਨਾ ਦੇ ਵਿੱਚੋਂ ਦੀ ਜਾ ਰਹੇ ਹਾਂ, ਠੀਕ ਹੈ, ਇਹ ਛੰਨਾ ਪਿੰਡ ਹੈ, ਛੰਨਾ ਪਿੰਡ ਦੇ ਵਿੱਚ ਅਸੀਂ ਆ ਗਏ ਹਾਂ, ਅਤੇ ਇਹ ਵੇਖੋ। ਲਓ ਜੀ ਭਾਈ ਜੀ, ਇਹ ਆ ਗਏ ਹੁਣ ਅਸੀਂ ਬੱਗੇ ਰੋਡ 'ਤੇ, ਇਹ ਵੇਖੋ ਬੰਬੀ ਚੱਲੀ ਰਹੀ ਹੈ, ਪਾਣੀ ਚੱਲ ਰਿਹਾ, ਠੀਕ ਹੈ, ਇਹ ਹੁਣ ਆ ਗਏ ਹਾਂ ਬੱਗੇ ਰੋਡ 'ਤੇ, ਬੱਗੇ ਕਿਸਾਨੇ ਵਾਲਾ ਜਿਹੜਾ ਰੋਡ ਹੈ। ਲਓ ਜੀ, ਇਹ ਵੇਖੋ ਬੱਗੇ ਕਿਸਾਨੇ ਪਹੁੰਚ ਗਏ ਹਾਂ, ਠੀਕ ਹੈ, ਉਹ ਸਾਹਮਣੇ ਬੱਗੇ ਕਿਸਾਨੇ ਦਾ ਬਾਜ਼ਾਰ ਹੈਗਾ, ਜਿੱਥੇ ਪਕੌੜੇ ਨਿਕਲਦੇ ਨੇ, ਜਲੇਬੀਆਂ ਨਿਕਲਦੀਆਂ ਨੇ, ਅਤੇ ਬੜੀਆਂ ਬੜੀਆਂ ਮੋਟੀਆਂ ਜਲੇਬੀਆਂ ਨਿਕਲਦੀਆਂ ਨੇ, ਠੀਕ ਹੈ, ਇਹ ਵੇਖੋ, ਇਹ ਵੇਖੋ ਜੀ ਭਾਈ ਜੀ, ਇਹ ਬੱਗਾ ਜਿਹੜਾ ਨਾ ਅਸੀਂ ਬੱਗੇ ਦਾ ਬਾਜ਼ਾਰ ਉਹ ਲੰਘ ਰਹੇ ਹਾਂ ਇਸ ਟਾਈਮ, ਠੀਕ ਹੈ, ਇਹ ਬੱਗੇ ਦਾ ਬਾਜ਼ਾਰ ਹੈਗਾ, ਬਾਜ਼ਾਰ ਕੀ ਹੈ, ਘਰ ਹੀ ਨੇ ਲੋਕਾਂ ਦੇ, ਬਾਜ਼ਾਰ ਕੀ ਹੈ, ਇਹ ਇੱਕ ਦੁਕਾਨ ਹੈਗੀ ਹੈ ਇੱਥੇ ਬਿਲਡਿੰਗ ਦੀ, ਇਹ ਵੇਖੋ, ਠੀਕ ਹੈ, ਇਹ ਬੱਗੇ ਦੇ ਵਿੱਚ ਇੱਕ ਦੁਕਾਨ ਹੈ ਬਿਲਡਿੰਗ ਦੀ, ਇਹ ਕਬੂਤਰ, ਕਿਆ ਬਾਤ ਹੈ ਜੀ ਭਾਈ ਜੀ, ਬੱਗੇ ਵਾਲਾ ਪਿੰਡ ਵੀ ਅਸੀਂ ਲੰਘ ਗਏ ਹਾਂ, ਬੱਗਾ ਕਿਸਾਨਾ ਬੱਗਾ ਜਿਹੜਾ ਪਿੰਡ ਹੈ ਉਹ ਵੀ ਅਸੀਂ ਕ੍ਰਾਸ ਕਰ ਆਏ ਹਾਂ ਹੁਣ, ਠੀਕ ਹੈ, ਅਤੇ ਹੁਣ ਇਹ ਅਗਲਾ ਪਿੰਡ ਸ਼ੁਰੂ ਹੋ ਗਿਆ, ਠੀਕ ਹੈ ਜੀ, ਅਤੇ ਪਿੰਡ ਦੀਆਂ ਖੂਬਸੂਰਤੀਆਂ ਬਹੁਤ ਨੇ ਜੀ, ਕਮਾਲ ਦੀ ਹਰਿਆਲੀ ਹੈ, ਬਾਗ ਨੇ ਅੰਬਾਂ ਦੇ, ਇਹ ਵੇਖੋ ਚੈੱਕ ਕਰੋ, ਇਹ ਠੀਕ ਹੈ, ਕਿਆ ਬਾਤ ਹੈ ਜੀ, ਮਾਸ਼ਾਅੱਲਾ, ਸੁਭਾਨ ਅੱਲਾ, ਹਾਏ ਹਾਏ ਹਾਏ, ਸੁਭਾਨ ਅੱਲਾ, ਯਕੀਨ ਕਰੋ ਵੀ ਇਸ ਤਰ੍ਹਾਂ ਦਾ ਇਲਾਕਾ ਹੈਗਾ, ਇਹ ਠੰਡਾ ਇਲਾਕਾ ਹੈਗਾ, ਸ਼ਕਰਗੜ੍ਹ ਸ਼ਹਿਰ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ, ਠੀਕ ਹੈ, ਅਤੇ ਇੱਧਰ ਆਏ ਹਾਂ ਅਤੇ ਦਿਲ ਨੂੰ ਸਕੂਨ ਜਿਹਾ ਹੋਣ ਲੱਗ ਪਿਆ, ਠੀਕ ਹੈ, ਇਹ ਵੇਖੋ, ਇਹ ਕੈਸੀਆਂ ਠੰਡੀਆਂ ਹਵਾਵਾਂ ਨੇ, ਮਾਸ਼ਾਅੱਲਾ ਜੀ, ਕਿਆ ਬਾਤ ਹੈ, ਰੋਡ ਵੀ ਕਿੱਡੇ ਸਾਫ਼ ਨੇ, ਇਲਾਕਾ ਵੀ ਬਹੁਤ ਖੂਬਸੂਰਤ ਹੈ ਇੱਧਰ ਦਾ, ਠੀਕ ਹੈ ਜੀ। ਲਓ ਜੀ ਭਾਈ ਜੀ, ਇਹ ਚੈੱਕ ਕਰੋ, ਇਹ ਉਹ ਵਾਲੀ ਡੇਰ ਹੈ ਜਿਹੜੀ ਸ਼ਕਰਗੜ੍ਹ ਜਾ ਕੇ ਅਤੇ ਡੇਰ ਨਿਕਲਦੀ ਹੈ, ਇਹ ਡੇਰ ਵਾਲਾ ਉਹ ਪੁੱਲ ਹੈਗਾ, ਠੀਕ ਹੈ ਜੀ, ਇਹ ਵੇਖੋ, ਇਹ ਚੈੱਕ ਕਰੋ, ਠੀਕ ਹੈ,
ਇਹ ਨੇ ਸ਼ਕਰਗੜ੍ਹ ਦੀਆਂ ਖੂਬਸੂਰਤੀਆਂ। ਲਓ ਜੀ ਇਹ ਕਲਿਆਣਪੁਰ ਦਾ ਸਕੂਲ ਹੈਗਾ, ਅਸੀਂ ਆ ਗਏ ਹੁਣ ਕਲਿਆਣਪੁਰ। ਠੀਕ ਹੈ, ਇਹ ਵੇਖੋ ਰੇੜਿਆਂ ਵਾਲੇ ਇੱਟਾਂ ਲੈ ਕੇ ਜਾ ਰਹੇ ਨੇ। ਠੀਕ ਹੈ ਜੀ, ਲਓ ਜੀ ਇਹ ਕਲਿਆਣਪੁਰ ਵੀ ਅਸੀਂ ਲੰਘਣ ਲੱਗੇ ਹੁਣ। ਠੀਕ ਹੈ, ਇਹ ਵੇਖੋ ਕਲਿਆਣਪੁਰ ਲੋਕ ਜਿਹੜੇ ਹੈ ਡੰਗਰ ਰੱਖੇ ਨੇ, ਇਹ ਵੇਖੋ ਇਹ। ਠੀਕ ਹੈ, ਇਹ ਨੇ ਪਿੰਡਾਂ ਦੀਆਂ ਮੌਜਾਂ। ਠੀਕ ਹੈ ਜੀ, ਇਹ ਹੁਣ ਕਲਿਆਣਪੁਰ ਵੀ ਲੰਘ ਆਏ ਹਾਂ ਅਸੀਂ, ਕ੍ਰਾਸ ਕਰ ਆਏ ਹਾਂ ਕਲਿਆਣਪੁਰ ਵੀ। ਠੀਕ ਹੈ, ਠੰਡੀਆਂ ਹਵਾਵਾਂ ਬਾਗਾਂ ਦੀਆਂ, ਹਾਏ 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 ਹਾਏ, ਕਿਆ ਬਾਤ ਹੈ ਜੀ। ਇਹ ਵੇਖੋ ਅੰਬਾਂ ਦੇ ਬਾਗ, ਅੰਬ ਵੀ ਲੱਗੇ ਨੇ, ਜਾਮ ਨੂੰ ਵੀ ਲੱਗੇ ਨੇ, ਇਹ ਚੈੱਕ ਕਰੋ ਅੰਬ ਲੱਗੇ ਨੇ ਇਹ। ਇਹ ਵੇਖੋ ਜੀ ਭਾਈ ਜੀ, ਇਹ ਹੈਗੀ ਜੇ ਵੱਡੇ ਭਾਈ ਵਾਲੀ ਦੁਫਾ ਨਹੀਂ ਜਿਹੜੀ ਸਫੈਦਿਆਂ ਵਾਲੀ, ਇਹ ਬੰਨ ਹੈਗਾ ਵੱਡੇ ਭਾਈ ਵਾਲਾ। ਠੀਕ ਹੈ ਜੀ, ਇਹ ਦੁਫਾ ਦੇ ਵਿੱਚੋਂ ਦੀ ਰਸਤਾ ਹੈਗਾ, ਇਹ ਸਾਹਮਣੇ ਵੱਡੇ ਭਾਈ ਰੋਡ ਆ ਗਿਆ। ਠੀਕ ਹੈ, ਇਹ ਇਹ ਜਿਹੜਾ, ਠੀਕ ਹੈ ਜੀ। ਲਓ ਜੀ ਭਾਈ ਜੀ, ਇਹ ਵੱਡੇ ਭਾਈ ਚੌਂਕ ਦੇ ਵਿੱਚ ਆ ਗਏ ਹਾਂ। ਠੀਕ ਹੈ, ਇਹ ਜਿਹੜਾ ਰਸਤਾ ਜਾ ਰਿਹਾ ਨਾ, ਇਹ ਜਿਹੜਾ ਰਸਤਾ, ਠੀਕ ਹੈ, ਇਹ ਮਾਈ ਦੇ ਡੇਰੇ ਵੱਲ ਨੂੰ ਰਸਤਾ ਜਾ ਰਿਹਾ ਬਾਰਡਰ ਏਰੀਏ 'ਤੇ। ਠੀਕ ਹੈ ਜੀ, ਅਤੇ ਇਹ ਵੱਡੇ ਭਾਈ ਨੂੰ ਜਾ ਰਿਹਾ। ਠੀਕ ਹੈ, ਅਤੇ ਇਹ ਜਿਹੜਾ ਅਸੀਂ ਆਏ ਹਾਂ ਇੱਧਰੋਂ, ਇਹ ਉਹ ਰੋਡ ਹੈਗਾ। ਠੀਕ ਹੈ ਜੀ, ਕਲਿਆਣਪੁਰ ਵਾਲਾ। ਠੀਕ ਹੈ ਜੀ, ਅਤੇ ਇਹ ਸ਼ਕਰਗੜ੍ਹ ਵਾਲਾ ਰੋਡ, ਇਹ ਜਿੱਧਰੋਂ ਰਕਸ਼ਾ ਆ ਰਿਹਾ। ਠੀਕ ਹੈ, ਇਹ ਵੇਖੋ ਇਹ ਸ਼ਕਰਗੜ੍ਹੋਂ ਰਕਸ਼ਾ ਲੈ ਕੇ ਆ ਰਿਹਾ ਸਮਾਨ। ਠੀਕ ਹੈ, 2 ਕਿਲੋਮੀਟਰ ਸਫ਼ਰ ਹੈ ਇੱਥੋਂ ਸਿਰਫ ਵੱਡੇ ਭਾਈ ਦਰਬਾਰ ਦਾ। ਠੀਕ ਹੈ ਜੀ, ਇਹ ਦਫਾ ਕ੍ਰਾਸ ਕਰ ਆਏ ਹਾਂ, ਇਹ ਜਿਹੜੀ ਇਹ ਵੇਖਿਆ, ਇਹ ਅਸੀਂ ਦਫਾ ਕ੍ਰਾਸ ਕਰ ਆਏ ਹਾਂ। ਠੀਕ ਹੈ, ਇਹ ਆ ਗਿਆ ਜੀ ਭਾਈ ਜੀ ਵੱਡੇ ਭਾਈ ਵਾਲਾ ਸਕੂਲ, ਪ੍ਰਾਇਮਰੀ ਸਕੂਲ ਜਿਹੜਾ। ਠੀਕ ਹੈ, ਇਹ ਪ੍ਰਾਇਮਰੀ ਸਕੂਲ ਵੱਡੇ ਭਾਈ ਵਾਲਾ, ਇਹ ਦੀਵਾਰ ਆ ਉਹਦੀ। ਠੀਕ ਹੈ, ਇਹ ਅੱਗੇ ਮੋੜ ਕੱਟਣ ਲੱਗੇ ਹੁਣ ਵੱਡੇ ਭਾਈ ਨੂੰ ਅਸੀਂ ਦਰਬਾਰ 'ਤੇ। ਇਹ ਜੇ ਵੱਡੇ ਭਾਈ ਵਾਲਾ ਸਟਾਪ ਭਾਈ ਜੀ, ਇਹ ਵੇਖੋ ਲਾਰੀਆਂ ਖਲੋਤੀਆਂ ਵੱਡੇ ਭਾਈ ਵਾਲੀਆਂ, ਇਹ ਬੱਸਾਂ, ਇਹ ਸਟਾਪ ਹੈਗਾ ਵੱਡੇ ਭਾਈ ਦਾ। ਠੀਕ ਹੈ ਜੀ, ਇਹ ਲਾਰੀਆਂ ਖਲੋਤੀਆਂ, ਸਵਾਰੀਆਂ ਉਤਰਦੀਆਂ ਪਈਆਂ ਨੇ। ਠੀਕ ਹੈ, ਇਹ ਵੇਖੋ ਇਹ ਯੂਨੀਅਨ ਕੌਂਸਲਰ। ਠੀਕ ਹੈ ਜੀ, ਅਤੇ ਇਹ ਅੱਗੇ ਵੱਡਾ ਭਾਈ ਆਉਣ ਲੱਗਾ ਹੁਣ ਜੀ। ਭਾਈ ਜੀ ਇਹ ਵੇਖੋ, ਚੈੱਕ ਕਰੋ ਵੱਡੇ ਭਾਈ ਦਾ ਜਿਹੜਾ ਬਾਜ਼ਾਰ ਹੈਗਾ ਨਾ, ਅਸੀਂ ਉਸ ਬਾਜ਼ਾਰ 'ਚ ਆ ਗਏ ਹਾਂ। ਠੀਕ ਹੈ, ਅਤੇ ਅਸੀਂ ਥੱਲੇ ਵਾਲੀ ਸਾਈਡ ਤੋਂ ਦੀ ਅਸੀਂ ਜਾਣਾ ਹੈ ਦਰਬਾਰ 'ਤੇ ਹੈ। ਠੀਕ ਹੈ ਜੀ, ਲਓ ਜੀ ਭਾਈ ਜੀ ਇਹ ਵੇਖੋ ਘਾਟੀ ਦਰਬਾਰ ਦੀ, ਬੜੀ ਉੱਚੀ ਘਾਟੀ ਹੈਗੀ ਹੈ। ਠੀਕ ਹੈ, ਇਹ ਵੇਖੋ ਇਹ ਲੋਕ ਜਾ ਰਹੇ ਨੇ ਟਰਾਲੀਆਂ 'ਤੇ, ਉਹ ਸਾਹਮਣੇ ਟਰਾਲੀ ਜਾ ਰਹੀ ਹੈ ਭਾਈ ਜੀ। ਲਓ ਜੀ ਭਾਈ ਜੀ, ਇਹ ਆ ਗਏ ਜੀ ਅਸੀਂ ਵੱਡੇ ਭਾਈ ਦਰਬਾਰ ਸਰਕਾਰ ਦੇ। ਠੀਕ ਹੈ ਜੀ, ਇਹ ਵੇਖੋ ਬਾਜ਼ਾਰ ਲੱਗੇ ਨੇ, ਇਹ ਵੱਡਾ ਭਾਈ ਦਰਬਾਰ ਹੈ। ਠੀਕ ਹੈ ਜੀ, ਇਹ ਸਾਰੇ ਬਾਜ਼ਾਰ ਹੈਗਾ ਲੱਗਾ ਤਾਂ। ਲਓ ਜੀ ਇਹ ਦਰਬਾਰ ਸਰਕਾਰ ਦੀਆਂ ਸੀੜੀਆਂ ਹੈਗੀਆਂ ਨੇ। ਠੀਕ ਹੈ, ਇਹ ਵੇਖੋ ਉੱਚਾਈ ਬੜੀ ਹੈ, ਇਹ ਹੁਣ ਸੀੜੀਆਂ ਅਸੀਂ ਚੜ੍ਹ ਰਹੇ ਹਾਂ। ਅੱਗੋਂ ਦਰਬਾਰ ਤੋਂ ਮਲੰਗ ਤੁਰੇ ਨੇ। ਠੀਕ ਹੈ ਜੀ, ਇਹ ਵੇਖੋ ਜੀ, ਇਹ ਵੇਖੋ ਚੈੱਕ ਕਰੋ, ਸਾਹ ਚੜ੍ਹ ਜਾਂਦਾ ਸੀੜੀਆਂ ਹੀ ਚੜ੍ਹਦੇ ਹਾਂ ਚੜ੍ਹਦੇ ਹਾਂ। ਠੀਕ ਹੈ, ਇਹ ਹੁਣ ਸੀੜੀਆਂ ਚੜ੍ਹ ਰਹੇ ਹਾਂ ਅਸੀਂ ਦਰਬਾਰ ਦੀਆਂ। ਇਹ ਆ ਗਏ ਦਰਬਾਰ 'ਤੇ। ਠੀਕ ਹੈ ਜੀ, ਇਹ ਵੇਖੋ ਜੀ ਅਬਦੁਲ ਸਲਾਮ ਚੁਸ਼ਤੀ ਸਾਹਿਬ ਨਾਂ ਆਇਆ ਇਹਨਾਂ ਦਾ, ਵੱਡੇ ਭਾਈ ਸਰਕਾਰ ਦਾ। ਠੀਕ ਹੈ ਜੀ, ਸਾਹ ਬਹੁਤ ਚੜ੍ਹਿਆ।
ਲਓ ਜੀ ਭਾਈ ਜੀ, ਹੁਣ ਅਸੀਂ ਦਰਬਾਰ 'ਤੇ ਪਹੁੰਚ ਗਏ ਹਾਂ, ਠੀਕ ਹੈ, ਅਤੇ ਹੁਣ ਲੱਗੇ ਹਾਂ ਅਸੀਂ ਸਲਾਮ ਕਰਨ, ਠੀਕ ਹੈ ਜੀ। ਜੀ ਇਹ ਸਾਧੂ ਨੇ ਹੁਣ ਦਰਬਾਰ 'ਤੇ ਸਲਾਮ ਕੀਤੀ ਹੈ ਅਤੇ ਮਾਸ਼ਾਅੱਲਾ ਹੁਣ ਦੁਆ ਕਰ ਰਹੇ ਨੇ, ਠੀਕ ਹੈ ਜੀ। ਤੁਸੀਂ ਵੀ ਦੁਆ ਕਰਿਓ ਅਤੇ ਤੁਹਾਡੇ ਵੀ ਅੱਛੇ ਅੱਛੇ ਕੰਮ ਹੋਣ, ਠੀਕ ਹੈ ਜੀ। ਇੰਨਾ ਵੱਡਾ ਭਾਈ ਸਰਕਾਰ। ਚਲੋ ਜੀ ਭਾਈ ਜੀ, ਸਲਾਮ ਅਸੀਂ ਲਈ ਆ ਦਰਬਾਰ ਸ਼ਰੀਫ 'ਤੇ ਕਰ ਅਸੀਂ, ਠੀਕ ਹੈ। ਅਤੇ ਇਹ ਉਹ ਦਰਬਾਰ ਸ਼ਰੀਫ ਹੈ ਕਿ ਜਿਹੜਾ ਤੁਹਾਡੀ ਪੂਰੀ ਤਹਿਸੀਲ ਦੇ ਵਿੱਚੋਂ ਜਿਹੜਾ ਨਾ ਬੜਾ ਵੱਡਾ ਮੇਲਾ ਜਿਹੜਾ ਹੁੰਦਾ ਨਾ, ਇਹ ਉਹ ਦਰਬਾਰ ਹੈਗਾ, ਠੀਕ ਹੈ। ਚਲੋ ਜੀ ਭਾਈ ਜੀ, ਇਹ ਦੇਖੋ ਇਹ ਥੱਲੇ ਹੁਣ ਜਿੰਨੀ ਵੀ ਜਗ੍ਹਾ ਖਾਲੀ ਹੈਗੀ ਨਾ ਸਾਰੀ, ਇਹ ਜਿਸ ਦਿਨ ਮੇਲਾ ਹੋਣਾ ਨਾ ਉਸ ਦਿਨ ਸਾਰੀ ਜਗ੍ਹਾ ਜਿੰਨੀ ਵੀ ਹੈ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਤੁਹਾਨੂੰ ਨਜ਼ਰ ਆਉਣੀ, ਠੀਕ ਹੈ ਜੀ। ਇੱਥੇ ਭਾਈ ਜੀ ਇਹ ਰੱਖੀਆਂ ਦਾ ਸਟੈਂਡ ਲੱਗਣਾ, ਇੱਧਰ ਸਾਰੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਜਿੰਨੀਆਂ ਵੀ ਹੈ, ਪਕੌੜੇ ਸਮੋਸੇ, ਠੀਕ ਹੈ, ਜੋ ਵੀ ਦੁਕਾਨਾਂ ਨੇ ਇੱਧਰ ਖਾਣ ਪੀਣ ਵਾਲੀਆਂ ਸਭ ਕੁਛ ਇੱਥੇ ਉਸ ਦਿਨ ਓਵਰ ਹੋਇਆ ਹੋਣਾ, ਸ਼ਾਇਦ ਪੈਰ ਰੱਖਣ ਨੂੰ ਜਗ੍ਹਾ ਹੀ ਨਜ਼ਰ ਆਉਂਦੀ, ਠੀਕ ਹੋ ਗਿਆ। ਇੰਨਾ ਕੋਈ ਵੱਡਾ ਮੇਲਾ ਹੁੰਦਾ ਸਾਡਾ, ਕਿਆ ਹੀ ਬਾਤ ਜੀ। ਅਤੇ ਮੇਲੇ ਦੀ ਵੀ ਤੁਹਾਨੂੰ ਇਨਸ਼ਾਅੱਲਾ ਅਸੀਂ ਵੀਡੀਓ ਦੱਸਾਂਗੇ ਜੀ ਜੀ ਮੇਲੇ ਵਾਲੇ ਦਿਨ। ਇਹ ਭਾਈ ਜੀ ਵੇਖੋ, ਚੈੱਕ ਕਰੋ, ਇਹ ਪੈਲੀਆਂ ਹੈਗੀਆਂ ਨੇ ਸਾਰੀਆਂ, ਕੋਈ ਫਸਲ ਨਹੀਂ ਲਾ ਰਹੇ, ਸਿਰਫ ਮੇਲੇ ਦੇ ਇੰਤਜ਼ਾਰ ਦੇ ਵਿੱਚ ਨੇ, ਠੀਕ ਹੈ, ਵੀ ਮੇਲਾ ਆਏਗਾ ਅਤੇ ਉਸ ਤੋਂ ਬਾਅਦ ਅਸੀਂ ਫਸਲ ਜਿਹੜੀ ਹੈ ਨਾ ਬੀਜਣੀ ਹੈ। ਇੱਥੇ ਸਾਰੀ ਹੈ ਜਗ੍ਹਾ ਜਿੰਨੀ ਵੀ ਹੈਗੀ ਹੈ ਸਾਰੀ ਇਹ ਭਰੀ ਜਾਣੀ ਹੈ ਮੇਲੇ ਨਾਲ, ਠੀਕ ਹੈ, ਕੋਈ ਜਗ੍ਹਾ ਨਹੀਂ ਖਾਲੀ ਨਜ਼ਰ ਆਉਣੀ ਤੁਹਾਨੂੰ, ਠੀਕ ਹੈ ਜੀ। ਇਹ ਚੈੱਕ ਕਰੋ ਜੀ, ਇਹ ਜਿਹੜੀ ਹੈ ਨਾ, ਇਹ ਪਾਕਿਸਤਾਨੀ ਪੋਸਟ ਹੈਗੀ ਹੈ, ਇਸ ਤੋਂ ਅੱਗੇ ਇੰਡੀਆ ਦੀ ਹੈਗੀ ਹੈ, ਠੀਕ ਹੈ ਜੀ। ਇਹ ਵੇਖੋ ਚੈੱਕ ਕਰ, ਇਹ ਪਾਕਿਸਤਾਨੀ ਪੋਸਟ ਹੈਗੀ। ਲਓ ਜੀ ਭਾਈ ਜੀ, ਇਹ ਵੇਖੋ, ਇਹ ਸਰਕਾਰਾਂ ਦੀ ਉਹ ਜਗ੍ਹਾ ਆ ਜਿੱਥੇ ਕਦੀ ਦਰਿਆ ਚੱਲਦਾ ਰਿਹਾ, ਇਹ ਨਾਲ ਨਾਲ, ਠੀਕ ਹੈ। ਅਤੇ ਸਰਕਾਰਾਂ ਨੇ ਆਪਣੀ ਕਰਮ ਨਵਾਜ਼ੀ ਐਸੀ ਕੀਤੀ ਵੀ ਦਰਿਆ ਬਹੁਤ ਦੂਰ ਇੱਥੋਂ ਚੱਲ ਗਿਆ, ਠੀਕ ਹੈ ਜੀ। ਲਓ ਜੀ ਭਾਈ ਜੀ, ਹੁਣ ਅਸੀਂ ਦਰਬਾਰ 'ਤੇ ਕਰ ਲਈ ਆ ਸਲਾਮ ਅਤੇ ਤੁਹਾਨੂੰ ਹੁਣ ਦੱਸ ਦਿੱਤਾ, ਠੀਕ ਹੈ, ਜੋ ਕੁਛ ਵੀ ਹੈ ਅਸੀਂ, ਠੀਕ ਹੈ। ਅਤੇ ਹੁਣ ਦੁਪਹਿਰ ਦੇ ਅਸੀਂ ਟੁਰੇ ਦੇ ਹਾਂ ਅਤੇ ਹੁਣ ਸਾਨੂੰ ਭੁੱਖ ਬੜੀ ਲੱਗ ਪਈ ਹੈ ਅਤੇ ਹੁਣ ਅਸੀਂ ਚੱਲੇ ਹਾਂ ਜ਼ਰਾ ਕੁ ਕੁਛ ਖਾਜਾ ਭੋਜਾ ਕਰਨ, ਕਿਉਂਕਿ ਦਰਬਾਰ 'ਤੇ ਸਲਾਮ ਕਰ ਲਈਏ ਅਤੇ ਹੁਣ ਚੱਲੀਏ, ਹੁਣ ਕੁਛ ਖਾ ਲਈਏ, ਠੀਕ ਹੈ ਜੀ। ਇਹ ਭਾਈ ਜੀ ਵੇਖ ਲਓ, ਚੈੱਕ ਕਰ ਲਓ, ਮਿੱਠੇ ਪਕੌੜੇ ਭਾਈ ਹੁਣਾਂ ਨੇ ਕੱਢੇ ਨੇ, ਇਹ ਹੈਗਾ ਮੇਸੂ, ਠੀਕ ਹੈ, ਇਹ ਜਿਹੜਾ ਮੇਲਿਆਂ 'ਤੇ ਮੇਸੂ ਨਹੀਂ ਲੈ ਕੇ ਜਾਂਦੇ, ਅਤੇ ਇਹ ਸ਼ੱਕਰ ਪਰ, ਕਿਆ ਬਾਤ ਹੈ ਜੀ। ਹੁਣ ਭਾਈ ਹੁਣਾਂ ਤੋਂ ਅਸੀਂ ਪਕੌੜੇ ਲੱਗੇ ਹਾਂ ਖਾਣ, ਠੀਕ ਹੈ। ਇਹ ਲੱਗਦੇ ਹਾਂ ਜੀ ਅਸੀਂ ਹੁਣ ਪਕੌੜੇ ਖਾਣ, ਪਕੌੜੇ ਖਾ ਕੇ ਅਤੇ ਅਸੀਂ ਚੱਲੀਏ ਹੁਣ ਘਰ ਨੂੰ, ਠੀਕ ਹੈ ਜੀ। ਇਹ ਵੇਖੋ ਭਾਈ ਜੀ, ਆਲੂ ਵਾਲੇ ਪਕੌੜੇ ਹੈਗੇ ਨੇ, ਠੀਕ ਹੈ, ਅਤੇ ਇਹ ਮਿੱਠੇ ਪਕੌੜੇ, ਇਹ ਤਿਲ ਲੱਗੇ ਨੇ ਨਾਲ, ਠੀਕ ਹੈ, ਇਹ ਹੁਣ ਲੱਗੇ ਹਾਂ ਅਸੀਂ ਖਾਣ। ਲਓ ਜੀ ਹੁਣ ਲੱਗੇ ਹਾਂ ਅਸੀਂ ਪਕੌੜੇ ਖਾਣ, ਠੀਕ ਹੈ। ਇਹ ਵੇਖੋ, ਇਹ ਮਿੱਠਾ ਪਕੌੜਾ ਵੇਖੀ ਚੈੱਕ ਕਰੀਏ, ਅਤੇ ਵਾਕਿਆ ਵੀ ਮਿੱਠੇ ਪਕੌੜੇ ਦਾ ਜ਼ਾਇਕਾ ਹੈ, ਬਹੁਤ ਮਜ਼ੇਦਾਰ ਬਣਦੇ ਨੇ, ਠੀਕ ਹੈ। ਪਲੀਜ਼ ਅਗਰ ਸਾਡੀ ਵੀਡੀਓ ਪਸੰਦ ਆਏ ਤਾਂ ਪਲੀਜ਼ ਸਾਡੀ ਵੀਡੀਓ ਨੂੰ ਪੂਰਾ ਦੇਖਿਓ, ਠੀਕ ਹੈ। ਅਗਰ ਸਾਡੇ ਚੈਨਲ 'ਤੇ ਨਹੀਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਅਤੇ ਕਮੈਂਟ ਕਰੋ, ਠੀਕ ਹੈ। ਅਤੇ ਹੁਣ ਸਾਡੀ ਅਗਲੀ ਵੀਡੀਓ 'ਚ ਮੁਲਾਕਾਤ ਹੋਏਗੀ, ਤੁਹਾਨੂੰ ਜ਼ਰੂਰ ਅਸੀਂ ਵੱਡੇ ਭਾਈ ਦਾ ਮੇਲਾ ਵੀ ਦੱਸਾਂਗੇ। ਅੱਛਾ ਜੀ, ਖੁਦਾ ਹਾਫਿਜ਼।